ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਦਾ ਚੈਨਲ। ਹੋਰ ਸੁਣਾਓ ਸਾਰੇ, ਕਿਵੇਂ ਹੋ? ਫਿਰ ਦੁਪਹਿਰ ਦੇ 4 ਵਜ ਗਏ ਨੇ। ਅੱਜ ਕੱਲ੍ਹ ਨਾ ਬਹੁਤ ਵਧੀਆ ਮੌਸਮ ਹੈਗਾ, ਬਾਹਰ ਧੁੱਪ ਚੜ੍ਹਦੀ ਵਧੀਆ, ਹੁਣ ਬਸ ਗਰਮੀਆਂ ਆਉਣ ਵਾਲੀਆਂ ਨੇ। ਅਤੇ ਆਪਾਂ ਇੱਥੇ ਮੋਲ ਆਏ ਸੀ, ਅਤੇ ਮੈਂ ਨਾ ਔਨਲਾਈਨ ਔਡਰ ਕੀਤੀ ਸੀ ਆਪਣੀ ਇੱਕ ਸ਼ਰਟ, ਉਹ ਮੈਂ ਪਿਕਅਪ ਕਰਨ ਆਇਆ ਵਾਂ, ਅਤੇ ਉਵੇਂ ਆਪਾਂ ਥੋੜ੍ਹਾ ਇੱਥੇ ਮੋਲ ਦੇ ਵਿੱਚ ਘੁੰਮ ਲਾਂਗੇ। ਨਾਂਜੋ ਦੇ ਆਪਣੇ ਨਾਲ ਸਾਰੇ ਆਏ ਨੇ, ਅਤੇ ਚਲੋ ਫਿਰ ਤੁਹਾਨੂੰ ਆਪਾਂ ਮੋਲ ਦੇ ਅੰਦਰ ਜਾ ਕੇ ਮਿਲਦੇ ਹਾਂ। ਚਲੋ ਜੀ, ਓਕੇ, ਥੈਂਕ ਯੂ। ਪਾਰਸਲ ਆਪਾਂ ਲੈ ਲਿਆ ਵੇ, ਅਤੇ ਹੁਣ ਆਪਾਂ ਸਾਰੇ ਜਿੱਥੇ ਆ ਗਏ ਨੇ ਚੱਲਦੇ ਹਾਂ। ਨਾਂਜੇ ਨੂੰ ਕਹਿੰਦੇ ਝੂਟਾ ਦਿੰਦੇ ਬਣੇ, ਉਹ ਜਦੋਂ ਜਾ ਕੇ ਤੁਹਾਨੂੰ ਮਿਲਾਂਗੇ ਆਪਾਂ। ਲਓ ਇੱਥੇ ਝੂਟਾ ਲੈਣ ਡਿਆ ਨਾਂਜੋ ਦਾ। ਨਾਂਜੋ ਨਹੀਂ, ਨਾਂਜੇ ਨੂੰ ਦੋਨੇ ਬੈਠੇ ਪਏ ਨੇ ਝੂਟੇ ਲੈਣ ਡੇ ਨੇ। ਮਜ਼ਾ ਆਉਂਦਾ ਨਾਂਜੇ, ਮਜ਼ਾ। ਮੈਰੀ ਕ੍ਰਿਸਮਸ ਟ੍ਰੀ, ਬਹੁਤ ਸੋਹਣਾ। ਨਾਲ ਹੀ ਜਾ ਕੇ ਸੀਨ 75 ਆਪਾਂ ਗਏ ਸੀ ਪਹਿਲਾਂ, ਆਪਾਂ ਵੀ ਲੱਗਦੇ ਸੀ ਇਹਨੇ ਕਿਵੇਂ ਦਾ। ਜੀ ਫਿਰ ਮੈਂ ਅਨਾਜੋ ਨੂੰ ਝੂਟਾ ਦੇਣ ਲੱਗ ਪਿਆ ਸੀ, ਅਤੇ ਅਨਾਜੋ ਨੂੰ ਬਹੁਤ ਮਜ਼ਾ ਆਉਂਦਾ ਪਿਆ ਸੀ, ਨਾਲ ਮੇਰੇ ਲੱਗ ਕੇ ਬਸ ਅੱਗੇ ਦੇਖੀ ਜਾਂਦਾ ਸੀ, ਅਤੇ ਚਲਾਉਣ 'ਤੇ ਬਹੁਤ ਮਜ਼ਾ ਆਉਂਦਾ ਵੇ ਇਹਨੂੰ। ਉੱਥੇ ਬਸ ਇੱਕ ਪੈਂਡਲ ਜਿਹਾ ਲੱਗਾ, ਉਹਨੂੰ ਵਿੱਚ ਥੱਲੇ ਦਬਾਉਣਾ ਵੇ ਅਤੇ ਉਹਨੇ ਚੱਲ ਪੈਣਾ ਵੇ। ਅਤੇ ਇੱਥੋਂ ਮਤਲਬ ਆਪਾਂ ਲਿੱਤਾ ਵੇ, ਸਾਨੂੰ ਮਤਲਬ ਟਾਈਮ ਦਿੰਦੇ ਨੇ ਉਹ, ਫਿਰ ਉਹ ਟਾਈਮ ਜੋ ਪੂਰਾ ਆਉਂਦਾ ਫਿਰ ਆਪਾਂ ਵਾਪਸ ਰੱਖ ਦੇਈਦਾ ਵੇ। ਆਹ ਦੇਖੋ ਹੋਰ ਵੀ ਹੈਗੇ ਨੇ ਇਹਨਾਂ ਕੋਲ, ਦੋ ਹੋਰ ਖੜ੍ਹੇ ਨੇ ਇੱਥੇ। ਬਹੁਤ ਸਾਰੀਆਂ ਕੈਂਡੀਜ ਲੱਗੀਆਂ, ਜਿਹੜੀ ਮਰਜ਼ੀ ਲੈ ਲਓ। ਮਿਲਾਦਾ ਇਹ ਹੋਣੀਆਂ ਨੇ, ਆਹ 50 ਸੈਂਟ ਦੀ ਹੈ, ਉਹ 25 ਸੈਂਟ ਦੀ ਹੈ। ਬਹੁਤ ਵਧੀਆ, ਬਹੁਤ ਵਧੀਆ। ਮੈਨੂੰ ਲੱਗਦਾ ਲੈ ਲਗਾ ਕੈਂਡੀ, ਇੱਥੇ ਹੈਗੀਆਂ ਬੋਸ। ਇੱਥੋਂ ਵੀ ਆਈਸਕ੍ਰੀਮ ਮਿਲ ਜਾਂਦੀ ਹੈ, ਬਹੁਤ ਕੁਛ, ਜਿਵੇਂ ਕੋਲਡ ਡਰਿੰਕ ਕੁਛ ਵੀ ਪੀਣ ਨੂੰ, ਆਈਸਕ੍ਰੀਮ ਸਾਰਾ ਕੁਛ ਹੈਗਾ ਇੱਥੇ ਵੀ। ਲਓ ਇਹ ਹੈਗਾ ਦਾ ਅਮੇਜ਼ਿੰਗ ਸਪੇਸ, ਇੱਥੇ ਨਹੀਂ ਮੈਂ ਕਦੀ ਗਿਆ, ਬਹੁਤ ਵਧੀਆ ਜੀ। ਇੱਥੇ ਵੀ ਗੇਮਸ ਹੀ ਨੇ, ਦੇਖ ਲਓ, ਇਹ ਤਾਂ ਛੋਟਾ ਹੀ ਹੈ। ਹੁਣ ਆਪਾਂ ਇੱਥੇ ਆਏ ਹਾਂ ਫਰਨੀਚਰ ਵਾਲੇ ਸਟੋਰ 'ਤੇ, ਇੱਥੋਂ ਆਪਾਂ ਨੇ ਇੱਕ ਨਵਾਂ ਟੇਬਲ ਦੇਖਣ ਆਇਆ, ਨਵਾਂ ਟੇਬਲ ਲੈਣਾ ਵੇ ਆਪਾਂ, ਅਤੇ ਜਾ ਕੇ ਦੇਖਦੇ ਅੰਦਰ ਕਿਵੇਂ ਦਾ ਵੇ। ਪਹਿਲੀ ਵਾਰੀ ਆਏ ਹਾਂ, ਨਵੀਂ ਸ਼ੋਪ ਲੱਭੀ, ਅਤੇ ਚਲੋ ਦੇਖਦੇ ਅੰਦਰ ਜਾ ਕੇ। ਲਓ ਜੀ, ਆਹ ਦੇਖੋ ਕਿੰਨਾ ਸੋਹਣਾ ਫੋਨ ਪਿਆ ਵੇ, 698 ਦਾ ਹੈਗਾ ਵੇ, ਬਹੁਤ ਸੋਹਣਾ ਹੈਗਾ। ਅਤੇ ਆਹ ਇੱਥੇ ਲੱਗੇ ਆਪਣੇ ਟੇਬਲ ਦੇਖ ਲਓ, ਉੱਧਰ ਲੱਗੇ ਪਏ ਸਾਰੇ ਦੇਖਣ ਟੇਬਲ, ਬਹੁਤ ਵਧੀਆ ਸੋਹਣਾ ਹੈਗਾ ਵੇ। ਸੋਫੇ ਵੀ, ਟੇਬਲ ਵੀ ਦੇਖਣੇ, ਜੇ ਪਸੰਦ ਆਉਂਦਾ ਇੱਥੋਂ ਦੇ ਲੈ ਲਾਂਗੇ ਫਿਰ। ਨਾਂਜੋ ਬੈਠਾ ਵਿਆ, ਝੂਟੇ ਲੈ ਕੇ ਆਇਆ ਅੱਜ ਮੋਲ ਤੋਂ। ਹੁਣ ਆਪਾਂ ਉੱਪਰ ਜਾਂਦੇ ਪਏ, ਉੱਪਰ ਜਾ ਕੇ ਵੀ ਆਪਾਂ ਦੇਖਦੇ ਹਾਂ ਟੇਬਲ, ਉੱਪਰ ਵੀ ਵਧੀਆ ਕਹਿੰਦੇ ਟੇਬਲ ਲੱਗੇ ਪਏ ਨੇ, ਉੱਪਰ ਵੀ ਕੁਛ ਦੇਖੋ। ਲਓ ਜੀ, ਇੱਥੇ ਸਾਰੇ ਸੋਫੇ ਹੀ ਨੇ ਹਜੇ, ਅਤੇ ਮੈਂ ਤੇ ਮੰਮੀ ਉੱਪਰ ਆਏ ਹਾਂ, ਉਹ ਆਉਂ ਵੀ ਭਰਾ ਵੀ ਆ ਗਿਆ। ਚਲੋ ਇੱਥੇ ਟੇਬਲ ਦੇਖ ਲੈਂਦੇ ਆਪਾਂ ਹੁਣ।
ਤੇ ਹੁਣ ਆਪਾਂ ਆਏ ਹਾਂ ਗੁਰਦੁਆਰੇ ਬੈਡਮਿੰਟਨ ਖੇਡਣ ਵਾਸਤੇ ਅਤੇ ਗੁਰਦੁਆਰਾ ਆਏ ਹਾਂ ਅਤੇ ਗੁਰਦੁਆਰੇ ਹੈਗਾ ਸੱਜੇ ਵਿਆਹ ਦੇਖ ਲਓ ਸਾਰਾ ਪਿੱਛੇ ਸਜਾਇਆ ਵਾ ਉੱਧਰ ਕੁਰਸੀਆਂ ਲੱਗੀਆਂ ਪਈਆਂ ਸਾਰੀਆਂ ਉੱਥੇ ਹੀ ਆਪਾਂ ਬੈਡਮਿੰਟਨ ਖੇਡਦੇ ਹਾਂ ਅਤੇ ਉਹਨਾਂ ਨੇ ਨੈੱਟ ਮਤਲਬ ਸਾਰਾ ਚੱਕ ਕੇ ਉੱਧਰ ਪਿੱਛੇ ਕਰਤਾ ਵੇ ਅਤੇ ਤਾਂ ਕਰਕੇ ਅੱਜ ਫਿਰ ਆਪਾਂ ਥੋੜ੍ਹਾ ਇੱਥੇ ਹੀ ਖੇਡ ਲੈਂਦੇ ਹਾਂ ਅਤੇ ਕੱਲ੍ਹ ਤੱਕ ਤਾਂ ਇੱਥੋਂ ਸਾਰਾ ਹੋ ਜਾਏਗਾ ਕਲੀਅਰ ਅਤੇ ਫਿਰ ਆਪਾਂ ਇੱਥੇ ਨੈੱਟ ਲਾ ਲਾਂਗੇ ਚਲੋ ਫਿਰ ਇੱਥੇ ਖੇਡਦੇ ਹਾਂ ਅਤੇ ਨਾਲ ਥੋੜ੍ਹੀ ਜਿਹੀ ਵੀਡੀਓ ਬਣਾ ਲਾਂਗੇ ਆਪਾਂ ਖੇਡਦੇ ਹਾਂ ਜੀ ਤੁਹਾਨੂੰ ਖੇਡ ਕੇ ਮਿਲਾਂਗੇ ਫਿਰ ਚਲੋ ਜੀ ਅੰਸ਼ ਮੇਰਾ ਭਰਾ ਅਤੇ ਇੱਦਾਂ ਡੈਡੀ ਖੇਡਣ ਲੱਗੇ ਜਿਹੜਾ ਜਿੱਤ ਗਿਆ ਉਹਨਾਂ ਮੈਂ ਲਾਵਾਂਗਾ ਮੈਚ ਰੈਕਿਟ ਸਾਡੇ ਕੋਲ ਦੋ ਹੀ ਚਲੋ ਜੀ ਚਲੋ ਜੀ ਆਪਾਂ ਬੈਡਮਿੰਟਨ ਖੇਡ ਲਿਆ ਵੇ ਦੋ ਘੰਟੇ ਖੇਡਦੇ ਰਹੇ ਹਾਂ ਅੱਠ ਵੱਜ ਗਏ ਨੇ ਅਤੇ ਬਾਹਰ ਟਰੱਕ ਜਿਹੜਾ ਆਇਆ ਨਾ ਇਹ ਉਹ ਅੰਦਰ ਸਾਰਾ ਲੈਣ ਵਾਸਤੇ ਆ ਗਏ ਨੇ ਟੇਬਲ ਟੂਬਲ ਸਾਰੇ ਫੋਲਡ ਕਰਤੇ ਨੇ ਉਹਨਾਂ ਨੇ ਅਤੇ ਉਹ ਬਸ ਲੈ ਕੇ ਚੱਲੇ ਨੇ ਬਾਹਰ ਬਹੁਤ ਹਵਾ ਜੀ ਚੱਲਦੀ ਵੀ ਅਤੇ ਠੰਡ ਬਹੁਤ ਹੋ ਗਈ ਨਾਲ ਚਲੋ ਹੁਣ ਤੁਹਾਨੂੰ ਘਰ ਜਾ ਕੇ ਆਪਾਂ ਮਿਲਣੇ ਹਾਂ ਥੱਕ ਬਹੁਤ ਗਏ ਹਾਂ ਅਤੇ ਭੁੱਖ ਵੀ ਲੱਗੀ ਹੈ ਅਤੇ ਘਰ ਜਾ ਕੇ ਰੋਟੀ ਖਾਂਦੇ ਹਾਂ ਆਪਾਂ ਹੁਣ ਆਪਾਂ ਡੇ ਟੂ ਦੇ ਵਿੱਚ ਆ ਗਏ ਹਾਂ ਮੈਂ ਨਾ ਐਮਾਜ਼ੋਨ ਤੋਂ ਇੱਕ ਆਪਣੀ ਸ਼ਰਟ ਮੰਗਵਾਈ ਸੀ ਅਤੇ ਜਿਹੜੀ ਉਹ ਸ਼ਰਟ ਹੈ ਉਹ ਮੈਂ ਗਲਤੀ ਨਾਲ ਮੰਗਾ ਲਿਆ ਸਮੋਲ ਸਾਈਜ਼ ਆਪਣਾ ਮੇਰਾ ਹੈਗਾ ਮੀਡੀਅਮ ਅਤੇ ਉਹ ਮੇਰੇ ਹੁਣ ਛੋਟੀ ਹੈ ਅਤੇ ਉਹਨੂੰ ਮੈਂ ਚੱਲਾਂ ਜੀ ਰਿਟਰਨ ਕਰਨ ਕੋਰਸ ਦੇ ਵਿੱਚ ਮੈਂ ਰਿਟਰਨ ਕਰਨ ਜਾਣੀ ਹੈ ਜਿਹੜੀ ਵੀ ਤੁਸੀਂ ਐਮਾਜ਼ੋਨ ਚੀਜ਼ ਮੰਗਾਉਂਦੇ ਹੋ ਨਾ ਤੁਸੀਂ ਕੋਰਸ ਦੇ ਵਿੱਚ ਜਾ ਕੇ ਰਿਟਰਨ ਕਰ ਸਕਦੇ ਹੋ ਫਿਰ ਆਪਾਂ ਜਾਵਾਂਗੇ ਕੋਈ ਸਟੋਰ ਦੇ ਵਿੱਚ ਦੇਖਣ ਸ਼ਰਟ ਕੋਈ ਵਧੀਆ ਮਿਲ ਗਈ ਅਤੇ ਕੱਪੜੇ ਦੇਖਣ ਜਾਵਾਂਗੇ ਫਿਰ ਆਪਾਂ ਜਾਣਾ ਵਾਲਮਾਰਟ ਵਾਲਮਾਰਟ ਤੋਂ ਆਪਾਂ ਗਰੋਸਰੀ ਲੈਣੀ ਥੋੜ੍ਹੀ ਦੁੱਧ ਲਿਆਉਣਾ ਵੇ ਹੋਰ ਸਬਜ਼ੀ ਲਿਆਉਣੀ ਥੋੜ੍ਹੇ ਫਰੂਟ ਲਿਆਵਾਂਗੇ ਅਤੇ ਚਲੋ ਫਿਰ ਤੁਹਾਨੂੰ ਮਿਲਣ ਜਾ ਕੇ ਰਿਟਰਨ ਕਰਕੇ ਫਿਰ ਮਿਲਾਂਗੇ ਜੀ ਆਪਾਂ ਆਪਣੀ ਜਿਹੜੀ ਸ਼ਰਟ ਮੰਗਵਾਈ ਸੀ ਉਹ ਮੋੜਤੀ ਕੋਰਸ ਦੇ ਵਿੱਚ ਅਤੇ ਆਪਾਂ ਦੋ ਸ਼ਰਟਸ ਲੈ ਕੇ ਆਏ ਹਾਂ ਆ ਰਹੀਆਂ ਅਤੇ ਆਪਾਂ ਤੁਹਾਨੂੰ ਇਹ ਘਰ ਜਾ ਦਿਖਾਵਾਂਗੇ ਅਤੇ ਹੁਣ ਆਪਾਂ ਤੁਹਾਨੂੰ ਜਾ ਕੇ ਮਿਲਣੇ ਹਾਂ ਵਾਲਮਾਰਟ ਉੱਥੋਂ ਆਪਾਂ ਫਰੂਟ ਸਾਰਾ ਦੁੱਧ ਲੈ ਕੇ ਅਤੇ ਫਿਰ ਘਰ ਜਾ ਕੇ ਤੁਹਾਨੂੰ ਸ਼ਰਟ ਵੀ ਦਿਖਾਵਾਂਗੇ ਚਲੋ ਜੀ ਲਓ ਜੀ ਵਾਲਮਾਰਟ ਆਪਾਂ ਆ ਗਏ ਹਾਂ ਹੁਣ ਦੁੱਧ ਵਾਲੇ ਸੈਕਸ਼ਨ 'ਚ ਦੁੱਧ ਲੈ ਲਿਆ ਅਤੇ ਹੁਣ ਥੋੜ੍ਹਾ ਫਰੂਟ ਲੈਣਾ ਵੇ ਪਾਣੀ ਇੱਥੇ ਕਰਤਾ ਹੁਣ ਇਹਨਾਂ ਨੇ ਇੱਧਰ ਲੱਗੇ ਹਾਂ ਸਾਰੇ ਬਿਸਕੁਟ ਥੋੜ੍ਹੇ ਦੇਖ ਕੇ ਲੈਂਦੇ ਹਾਂ ਬਿਸਕੁਟ ਵੀ ਜੇ ਕੋਈ ਵਧੀਆ ਹੋਏ ਜ਼ਿਆਦਾਤਰ ਤਾਂ ਬਿਸਕੁਟ ਆਪਾਂ ਵੈਸੇ ਇੰਡੀਅਨ ਸਟੋਰ ਤੋਂ ਲਿਆਈ ਦੇਣੇ ਸਮਾਨ ਆਪਾਂ ਲੈ ਲਿਆ ਵੇ ਅਤੇ ਹੁਣ ਚਲੋ ਚੱਲੀਏ ਘਰ ਘਰ ਮੰਮੀ ਨੇ ਬਣਾਇਆ ਪਾਸਤਾ ਅਤੇ ਜਾ ਕੇ ਪਾਸਤਾ ਖਾਂਦੇ ਆਪਾਂ ਚਲੋ ਜੀ ਘਰ ਆਪਾਂ ਆ ਗਏ ਹਾਂ ਅਤੇ ਆਹ ਦੋ ਟੀ ਸ਼ਰਟਸ ਲਿਆ ਮੈਂ ਇੱਕ ਆਹ ਲਿਆ ਯੈਲੋ ਕਲਰ ਨਹੀਂ ਸੀ ਮੇਰੇ ਕੋਲ ਮੈਂ ਆਹ ਲੈ ਲਿਆ ਇੱਕ ਅਤੇ ਇੱਕ ਮੈਂ ਆਹ ਲੈ ਲਈ ਹੈ ਬਲੈਕ ਚੈਂਪੀਅਨ ਦੀ ਮੈਂ ਇਹਦੀ ਇੱਕ ਮੰਗਵਾਈ ਸੀ ਉਹ ਉਹਦੀ ਲੌਂਗ ਸਲੀਵ ਸੀ ਉਹ ਮੇਰੇ ਉਹ ਆਈਏ ਸਾਈਜ਼ ਸਮੋਲ ਹੈ ਅਤੇ ਫਿਰ ਮੈਂ ਹੁਣ ਆਪਣਾ ਸਾਈਜ਼ ਲਿਆ ਵਾਂ ਆਹ ਜਿਹੜੀ ਲਿਆ ਫਿਰ ਮੈਂ ਅਤੇ ਇੱਕ ਆਹ ਲਿਆ ਠੀਕ ਹੈ ਜੀ ਆਹ ਦੋ ਹੀ ਲਿਆ ਬਸ ਅਤੇ ਸੋਹਣੀ ਹੁਣ ਟਰਾਈ ਕਰ ਲਈਆਂ ਮੈਂ ਪਾ ਕੇ ਵੈਸੇ ਅਤੇ ਨੰਜੋ ਤਾਂ ਹੁਣੀ ਸੌ ਕੇ ਉੱਠਿਆ ਵੇ ਆਹ ਵੇਖ ਲਓ ਨਵੇਂ ਟੇਬਲ 'ਤੇ ਤੋਂ ਸੁੱਟੀ ਜਾਂਦਾ ਨੰਜੋ ਹੈਲੋ ਅੱਖਾਂ ਮਲਦਾ ਭਾਏ ਮੁੰਡਾ ਚੰਗੀ ਤਰ੍ਹਾਂ ਕੈਮ ਨਹੀਂ ਹੋਇਆ ਹੌਲੀ ਹੌਲੀ ਕੈਮ ਹੋਏਗਾ ਹੌਲੀ ਹੌਲੀ ਖੇਡਣਾ ਸ਼ੁਰੂ ਕਰੇਗਾ ਅਤੇ ਆਪਾਂ ਹੁਣ ਖਾ ਲੱਗੀਆਂ ਪਾਸਤਾ ਨਾਲ ਨੰਜੋਤ ਨੂੰ ਵੀ ਖਵਾਵਾਂਗੇ ਅਤੇ ਇਹ ਵੀ ਵੇਟ ਹੀ ਕਰਦਾ ਪਿਆ ਬਸ ਉੱਥੇ ਹੁਣ ਦਾ ਖੜਾ ਹੋਵੇ ਵੀ ਖਾਣਾ ਸ਼ੁਰੂ ਕਰਨ ਅਤੇ ਮੈਂ ਵੀ ਖਾਵਾਂ ਨਾਲ ਚਲੋ ਫਿਰ ਇਹਨੂੰ ਖਵਾ ਕੇ ਤੁਹਾਨੂੰ ਫਿਰ ਆਪਾਂ ਮਿਲਣੇ ਹਾਂ ਹੁਣ ਆਪਾਂ ਗੁਰਦੁਆਰੇ ਖੇਡਣ ਆ ਗਏ ਹਾਂ ਘਰੋਂ ਆਪਾਂ ਰੋਟੀ ਖਾ ਲਈਏ ਅਤੇ ਹੁਣ ਆਪਾਂ ਲੱਗੇ ਹਾਂ ਖੇਡਣ ਇੱਥੇ ਵੀ ਅੱਜ ਲੰਗਰ ਬਣਿਆ ਗੁਰਦੁਆਰੇ ਸੰਡੇ ਵੇ ਨਾ ਅੱਜ ਅਤੇ ਕੀਰਤਨ ਹੁੰਦਾ ਗੁਰਦੁਆਰੇ ਦਾ ਲੰਗਰ ਬਣਦਾ ਵੇ ਅਤੇ ਚਲੋ ਫਿਰ ਤੁਹਾਨੂੰ ਆਪਾਂ ਬੈਡਮਿੰਟਨ ਖੇਡ ਕੇ ਮਿਲਾਂਗੇ ਮੌਸਮ ਅੱਜ ਬੜਾ ਬਹੁਤ ਵਧੀਆ ਅੱਜ ਕੱਲ੍ਹ ਬਾਰਿਸ਼ ਪੈ ਕੇ ਹਟੀ ਹੈ ਤਾਂ ਵਧੀਆ ਆਇਆ ਪੂਰਾ ਸਾਫ਼ ਹੋ ਗਿਆ ਮੌਸਮ ਚਲੋ ਜੀ ਫਿਰ ਨੈੱਟ ਹੋਣੀ ਚੰਗੀ ਤਰ੍ਹਾਂ ਆਪਾਂ ਸਾਰਾ ਸੈੱਟ ਕਰਤਾ ਵੇ ਕੰਮ 'ਤੇ ਆਇਆ ਸੀ ਮੈਂ ਅਤੇ ਹੁਣ ਦੁਪਹਿਰ ਦੇ 4 ਵੱਜ ਗਏ ਨੇ ਮੈਂ 12 ਵਜੇ ਕੰਮ 'ਤੇ ਆਇਆ ਸੀ ਸੈਚਰਡੇ ਨੂੰ ਨਾ ਮੈਨੂੰ ਇਹ ਛੇਤੀ ਬੁਲਾਉਂਦੇ ਨੇ ਕੰਮ 'ਤੇ ਕਿਉਂਕਿ ਸੈਚਰਡੇ ਨੂੰ ਬਹੁਤ ਜ਼ਿਆਦਾ ਹੁੰਦੀ ਹੈ ਭੀੜ ਤਾਂ ਕਰਕੇ ਅਤੇ ਮੈਂ 8 ਵਜੇ ਘਰ ਜਾਣਾ ਵੇ ਹੁਣ ਮੈਂ ਗੱਡੀ 'ਚ ਆਇਆ ਵਾਂ ਆਪਣੀ ਬ੍ਰੇਕ ਲੈਣ ਵਾਸਤੇ 20 ਮਿੰਟ ਦੀ ਮੈਂ ਬ੍ਰੇਕ ਲੈਣੀ ਵੇ ਅਤੇ ਚਲੋ ਫਿਰ ਕੁਛ ਖਾਂਦੇ ਪੀਂਦੇ ਹਾਂ ਅਤੇ ਫਿਰ ਆਪਾਂ ਅੰਦਰ ਜਾਣਾ ਵੇ ਅਤੇ ਫਿਰ ਤੁਹਾਨੂੰ ਆਪਾਂ 8 ਵਜੇ ਮਿਲਾਂਗੇ ਓਕੇ ਜੀ ਰਾਤ ਦੇ 8 ਵੱਜ ਗਏ ਨੇ ਆਪਾਂ ਕੰਮ ਤੋਂ ਹੋ ਕੇ ਗੱਡੀ ਦੇ ਵਿੱਚ ਆ ਗਏ ਹਾਂ ਅਤੇ ਹੁਣੀ ਬਸ ਗੱਡੀ ਨੂੰ ਸਟਾਰਟ ਕੀਤੀ ਥੋੜ੍ਹੀ ਗਰਮ ਹੁੰਦੀ ਵੀ ਗੱਡੀ ਉੱਦਾਂ ਤਾਂ ਹੁਣ ਵੈਸੇ ਗਰਮੀ ਰਹਿੰਦੀ ਹੈ ਕੱਲ੍ਹ ਤਾਂ ਗਰਮੀ ਲੱਗਦੀ ਵੀ ਸੀ ਅਤੇ ਅੱਜ ਵੀ ਗਰਮੀ ਹੈ ਧੁੱਪ ਚੜ੍ਹੀ ਸੀ ਵਾ ਵਧੀਆ ਅਤੇ ਰਾਤ ਨੂੰ ਮੈਂ ਥੋੜ੍ਹੀ ਜਿਹੀ ਠੰਡ ਹੋ ਜਾਂਦੀ ਹੈ ਅਤੇ ਪਣੀਆਂ ਐਲ ਈ ਡੀ ਲਾਈਟਸ ਦੇਖ ਲਓ ਜਿਹੜੀਆਂ ਤੁਹਾਨੂੰ ਦਾਈਆਂ ਸੀ ਆਪਾਂ ਬਹੁਤ ਸੋਹਣੀਆਂ ਲੱਗਦੀਆਂ ਪਈਆਂ ਨੇ
ਜਦੋਂ ਵੀ ਕੰਮ ਤੋਂ ਆਈਦਾ ਆਪਾਂ ਰੋਜ਼ ਰਾਤ ਨੂੰ ਜਗਾਉਂਦਾ ਹੁੰਦਾ ਮੈਂ ਅਤੇ ਚਲੋ ਫਿਰ ਚੱਲੀਏ ਘਰ। हेलो जी आप घर आ गए आ रहा नंजो खेड़ता पे इतने हाई कर नंजो हैलो कर दे। मैं रोटी खा ली है इतने बोतल लगा पा खेडन पानी पीता रहा पा बोतल तू तो आप ना कल टेबल लिया लो तो आप छोटा जहा लिया भी जरा वधिया लगे इतने तो आ टेबल ये बाबा थोड़ा उच्चा आए तो वधिया चलो सोहना। अज के ब्लॉग नूं आपां इत्थे करने एंड ब्लॉग नूं लाइक ते चैनल नूं सबसक्राइब जरूर करो तो तुहानूं मिलांगे आपां अगले ब्लॉग दे नाल।